ਅਫਗਾਨਿਸਤਾਨ ਦੇ ਕਾਬੁਲ ਵਿੱਚ ਹੋਏ ਧਮਾਕੇ ਨੇ ਅਫਗਾਨਿਸਤਾਨ ਵਿੱਚ ਦਹਾਕਿਆਂ ਤੋਂ ਸੰਤਾਪ ਹੰਡਾ ਰਹੇ ਸਿੱਖ ਭਾਈਚਾਰੇ ਦੇ ਦਰਦ ਨੂੰ ਪੂਰੀ ਦੁਨੀਆਂ ਦੇ ਸਾਹਮਣੇ ਲਿਆਂਦਾ ਹੈ ਅਤੇ ਹੁਣ ਉਹਨਾਂ ਨੂੰ ਅਫਗਾਨਿਸਤਾਨ ਛੱਡਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਕਈ ਪੀੜ੍ਹੀਆਂ ਤੋਂ ਇੱਥੋਂ ਵਸਦੇ ਆ ਰਹੇ ਸਿੱਖ ਭਾਈਚਾਰੇ ਨੂੰ ਉੱਥੋਂ ਖਦੇੜਿਆ ਜਾ ਰਿਹਾ ਹੈ। ISIS ਵੱਲੋਂ ਉਹਨਾਂ ਨੂੰ 10 ਦਿਨਾਂ ਦੇ ਅੰਦਰ ਅਫਗਾਨਿਸਤਾਨ ਛੱਡ ਦੇਣ ਜਾਂ ਫਿਰ ਮਰਨ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ ਹੈ। ਸਭ ਅਫਗਾਨਿਸਤਾਨ ਦੀ ਸੰਗਤਾਂ ਦੀ ਮਾਨੀ ਮਾਂਗੀ ਕਨੇਡੀ ਦੀ ਸਰਕਾਰ ਕੋਲੋਂ ਸਾਡੀ ਬੇਨਤੀ ਹੈ ਕਿ ਅਸੀਂ ਹੋਰ ਅਫਗਾਨਿਸਤਾਨ ਵਿੱਚ ਸਾਡਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਹੈ। ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ ਹਾਂ। ਹਰ ਦਿਨ ਅਸੀਂ ਕਤਲ ਆਉਂਦੇ ਹਾਂ, ਹਰ ਦਿਨ ਅਸੀਂ ਤਾਦੀਦ ਆਉਂਦੇ ਹਾਂ, ਹਰ ਦਿਨ ਸਾਨੂੰ ਇੱਥੇ ਲੋਕਾਂ ਤਾਦੀਦ ਕਰਦੇ ਨੇ। ਸਾਡੀ ਬੇਨਤੀ ਹੈ, ਸਾਰੀ ਸੰਗਤ ਤੁਹਾਡੇ ਨਾਲ ਖਲੋਤੀ ਹੋਈ ਹੈ, ਸਾਰੀ ਸੰਗਤ ਦੀ ਇਹੀ ਬੇਨਤੀ ਹੈ ਕਿ ਉਸ ਦਿਨ ਦਾ ਇੰਤਜ਼ਾਰ ਨਾ ਰੱਖੋ ਕਿ ਦੁਬਾਰਾ ਖੁਦਾ ਨਾ ਖਾਸਤਾ ਬਾਜੀ ਵੇਲਾ ਨਾ ਲਿਆਵੇ, ਸਾਰੀ ਸੰਗਤ ਤਬਾਹ ਹੋਵੇ। ਹਾਲ ਹੀ ਵਿੱਚ ਸਥਾਨਕ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ ਵਿੱਚ ਹਮਲੇ ਵਿੱਚ 2 ਦਰਜਨ ਤੋਂ ਵੱਧ ਸਥਾਨਕ ਸਿੱਖਾਂ ਨੂੰ ਮਾਰ ਦਿੱਤਾ ਗਿਆ। ਮੀਡੀਆ ਨਾਲ ਆਪਣਾ ਦਰਦ ਫਰੋਲਦਿਆਂ ਕਾਬਲ ਵਾਸੀ ਗੁਰਨਾਮ ਸਿੰਘ ਅਤੇ ਸਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਦਹਿਸ਼ਤਗਰਦਾਂ ਵੱਲੋਂ 10 ਦਿਨਾਂ ਦੇ ਅੰਦਰ ਅਫਗਾਨਿਸਤਾਨ ਛੱਡ ਦੇਣ ਜਾਂ ਫਿਰ ਮਰਨ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ ਹੈ। ਉਹਨਾਂ ਮੁਤਾਬਕ ਗੁਰਦੁਆਰਾ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਬਾਹਰ 200 ਅਫਗਾਨ ਫੌਜੀ ਤੈਨਾਤ ਕਰਨ ਤੋਂ ਬਾਅਦ ਇਹ ਧਮਕੀ ਉਹਨਾਂ ਨੂੰ ਮਿਲੀ ਹੈ। ਇਸ ਧਮਕੀ ਤੋਂ ਬਾਅਦ ਅਫਗਾਨ ਵਿੱਚ ਵਸਦਾ ਸਿੱਖ ਭਾਈਚਾਰਾ ਖੌਫ ਜ਼ਦਾ ਹੈ। ਉਹ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਅਫਗਾਨ ਸਿੱਖਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਜਾਨ ਦਾ ਖਤਰਾ ਹੈ। ਉਹ ਕਿਸੇ ਵੀ ਵੇਲੇ ਇਹਨਾਂ ਦਹਿਸ਼ਤਗਰਦਾਂ ਹੱਥੋਂ ਮਾਰੇ ਜਾ ਸਕਦੇ ਹਨ। ਸੋ ਉਹਨਾਂ ਨੂੰ ਕਿਸੇ ਵੀ ਹੀਲੇ ਇੱਥੋਂ ਕੱਢਿਆ ਜਾਵੇ, ਬੇਸ਼ੱਕ ਕਿਸੇ ਵੀ ਮੁਲਕ ਵਿੱਚ ਉਹਨਾਂ ਨੂੰ ਇੱਥੋਂ ਕੱਢ ਕੇ ਭੇਜ ਦਿੱਤਾ ਜਾਵੇ, ਉਹ ਜਾਣ ਲਈ ਤਿਆਰ ਹਨ। ਪਰ ਇਸ ਵੇਲੇ ਉਹ ਅਫਗਾਨਿਸਤਾਨ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ। ਹਾਲਾਂਕਿ ਇਸ ਦਰਮਿਆਨ ਇਹ ਵੀ ਸੁਣਨ ਨੂੰ ਆ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਨੇ ਅਫਗਾਨੀ ਸਿੱਖਾਂ ਨੂੰ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸ਼ਿਫਟ ਹੋ ਜਾਣ ਦੀ ਪੇਸ਼ਕਸ਼ ਕੀਤੀ ਹੈ, ਜਿਸ ਬਾਰੇ ਹਾਲੇ ਉਹਨਾਂ ਵੱਲੋਂ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਇਸ ਵੇਲੇ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਗਿਣਤੀ ਮਹਿਜ ਸੈਂਕੜੇ ਵਿੱਚ ਹੈ। ਵੋਟਰ ਲਿਸਟ ਵਿੱਚ 600 ਦੇ ਕਰੀਬ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਨਾਮ ਹਨ। ਸਿੱਖ ਭਾਈਚਾਰਾ ਇੱਥੇ ਆਮ ਤੌਰ 'ਤੇ ਕਾਬੁਲ ਅਤੇ ਜਲਾਲਾਬਾਦ ਵਿੱਚ ਵਸਿਆ ਹੈ। ਕਈ ਪੀੜ੍ਹੀਆਂ ਤੋਂ ਅਫਗਾਨਿਸਤਾਨ ਵਿੱਚ ਵਸਿਆ ਭਾਈਚਾਰਾ ਹੁਣ ਲਗਾਤਾਰ ਦਹਿਸ਼ਤਗਰਦਾਂ ਦੇ ਨਿਸ਼ਾਨੇ ਉੱਪਰ ਹੈ। ਉਹਨਾਂ 'ਚੋਂ ਕਾਫ਼ੀ ਲੋਕ ਹਿਜਰਤ ਕਰ ਚੁੱਕੇ ਹਨ। ਸਿੱਖ ਭਾਈਚਾਰੇ ਦੇ ਇਸ ਵੇਲੇ ਮਹਿਜ ਕੁਝ ਹੀ ਪਰਿਵਾਰ ਅਫਗਾਨਿਸਤਾਨ ਵਿੱਚ ਬਚੇ ਹਨ ਅਤੇ ਜਿਸ ਤਰ੍ਹਾਂ ਉਹ ਲਗਾਤਾਰ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ, ਉਹ ਵੀ ਹੁਣ ਅਫਗਾਨਿਸਤਾਨ ਛੱਡ ਕਿਤੇ ਹੋਰ ਵੱਸ ਜਾਣ ਨੂੰ ਤਿਆਰ ਹਨ। ਇੱਥੇ ਸਿਰਫ 2 ਗੁਰਦੁਆਰਾ ਸਾਹਿਬ ਹੀ ਹਨ, ਇਸ ਵਿੱਚੋਂ 1 ਕਾਬੁਲ ਅਤੇ ਦੂਜਾ ਜਲਾਲਾਬਾਦ ਵਿੱਚ ਹੈ। ਜ਼ਿਕਰੇ ਖਾਸ ਹੈ ਕਿ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ ਸੀ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੈਕ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।